ਇਹ ਬਾਈ ਹੁਣ ਸਾਰੇ ਕੋਲ ਤਸ਼ਰੀਫ ਗੈਨਨ YouTube ਚੈਨਲ ਦਿਹਾਤੀ ਨਜ਼ਾਰੇ ਸਿਨਾਵੇਂ ਤੋਂ ਮਾਸ਼ਾ ਅੱਲਾ ਇਹਨਾਂ ਦਾ ਲਾਈਕ ਕਰੋ ਸੋ ਇਹਨਾਂ ਦਾ ਮਤਲਬ ਹੈ ਪੂਰਾ ਇੰਟਰਵਿਊ ਇਹਨਾਂ ਦਾ ਸੁਣ ਸੋ ਔਰ ਇਹਨਾਂ ਕੋ ਐਸੇ ਤਫਰੀਦ ਜਿੱਥੇ ਹੀ ਮੌਕੇ ਹੋਣ ਇਹਨਾਂ ਕੋ ਇਨਵਾਈਟ ਕਰੇ ਸੋ ਇਹਨਾਂ ਕੋ ਸਪੋਰਟ ਕਰੇ ਸੋ ਸਾਡੇ ਬਾਲਮ ਇਹ ਸਾਡਾ ਵੀ ਨਾਂ ਸੁਣ ਕੇ ਇਹਨਾਂ ਦੀ ਮਿਹਰਬਾਨੀ ਹੈ ਸਾਡੇ ਕੋਲ ਆ ਗਏ

अपना मुल्की लेवल से बहु मशहूर बहू जबरदस्त लेवल के मेले थी नौ स्पेशली टाइम गए दे असं उन्हें इंटरव्यू की देना शुक्रिया अद करना सब टाइम दीते हुए तो वीडियो देना पड़े वे बाकी जितना पब्लिक आई बैठी तार शुक्रिया अद करें मेहरबानी थी शुक्रिया असलकुम वरहुल्ला वरक अकूब भुट्टा साब तैर भुट्टा साब यूट्यूब चैनल देहाती नज़ारे ਸਿਨਾਵਾਂ ਤੋਂ ਤਸ਼ਰੀਫ ਗਿਰਨਨ ਸਾਰੇ ਕੋਲ ਟਾਈਮ ਕੀ ਦਿਨ ਹੈ ਇਹ ਮੇਲੇ ਦੇ ਬਾਰੇ ਡਿਸਕਸ ਮੇਲੇ ਦੇ ਬਾਰੇ ਬਰੀਫਿੰਗ ਇੰਟਰਵਿਊ ਦੀ ਸੂਰਤ ਦੇ ਵਿੱਚ ਹਾਜ਼ਰ ਥਨ ਭਾਈ ਜਾਨ ਹੁਣੀ ਅਸਾਂ ਇਹਨਾਂ ਕੋ ਜਿਹੜੀ ਸਾਡੇ ਕੋਲ ਇਨਫੋਰਮੇਸ਼ਨ ਗਿੰਸਨ ਜਿਹੜੇ ਹਵਾਲਾ ਜਿਹੜੇ ਸਵਾਲ ਪੁੱਛਣ ਇਨਸ਼ਾ ਅੱਲਾ ਅਸਾਂ ਉਹਨਾਂ ਦੇ ਮਸਬਤ ਜਵਾਬ ਦੇਸੂ ਔਰ ਉਹਨਾਂ ਦੀ ਮਿਹਰਬਾਨੀ ਹੈ ਉਹ ਟਾਈਮ ਕੱਢ ਕੇ ਸਾਰੇ ਕੋਲੋਂ ਹੀ ਸਾਰੇ ਕੰਮ ਨੂੰ ਥੋੜਾ ਜਿਹਾ ਉਜਾਗਰ ਕਰਨ ਦੇ ਕੀਤੇ ਸਾਰੇ ਕੋਲੋਂ ਤਸ਼ਰੀਫ ਗਿਰਨਾ ਹੈ ਸਾਨੂੰ ਤੇ ਬੇहद ਮਮਨੂਨ ਹੈ ਮਿਹਰਬਾਨੀ ਮਿਹਰਬਾਨੀ ਤੇ ਸ਼ੁਕਰੀਆ ਬੜੀ ਮਿਹਰਬਾਨੀ ਸਾਰੀ ਵੀਡੀਓ ਦਿਨਾ ਬੜਵੇ ਆਪਲਾ ਕੀਮਤੀ ਵਕਤ ਦਿਤਵੇ ਪਹਿਲੇ ਸਗੋਂ ਇਹ ਦੱਸੋ ਕਿ ਤੁਹਾਨੂੰ ਮੇਲੇ ਦਾ ਕਦੋਂ ਕੋਲ ਸ਼ੌਂਕ ਹੈ ਤੇ ਕਿਵੇਂ ਸ਼ੌਂਕ ਹੈ ਸਈ ਬੜੀ ਮਿਹਰਬਾਨੀ ਸਾਰੀ ਸਾਰੀ ਕੋਈ ਮਿਹਰਬਾਨੀ ਨਹੀਂ ਤੁਸਾਂ ਸਾਰੇ ਬਾਹ ਬੇਲ ਬਣਦੇ ਪਏ ਕੰਮ ਕੋ ਅੱਗਾ ਚਲਾਉਣ ਦੇ ਕਿਤੇ ਭਾਈ ਹੁਣ ਸਵਾਲ ਕਰਦੇ ਪਿਆਨ ਭਈ ਇਹ ਮੇਲਾ ਕੱਢਣ ਕੋਲੋ ਤੇ ਕਿਵੇਂ ਸ਼ੌਕ ਇਹ ਸਾਡਾ ਬਹੁਤ ਪੁਰਾਣਾ ਅਬਾਈ ਸ਼ੌਕ ਹੈ ਗਲਬੰ तकरीबन 200 ਸਾਲ ਪਹਿਲੇ ਦਾ ਮੈਂ ਨਹੀਂ ਸੰਭਲਦਾ ਜੋ ਬਈ ਇਹ ਮੇਲਾ ਮੇਰੇ ਬਾਬੇ ਸਾਈਂ ਕੋਲੋਂ ਸ਼ੁਰੂ ਥੇ ਜਾਂ ਦਾਦੇ ਸਾਈਂ ਕੋਲੋਂ ਇਹ ਤਕਰੀਬਨ 2 250 ਸਾਲ ਪਹਿਲੇ ਦੀ ਰਿਵਾਇਤ ਕੋਲੋਂ ਅਸਾਂ ਹੀ ਕੋਈ ਮਹਿੰਗੇ ਦੌਰ ਦੇ ਵਿੱਚ ਵੀ ਕਾਬੂ ਕੀਤੀ ਬਧੇ ਹੈ ਤੇ ਸਾਲਾਨਾ ਲੋਕ ਕੋਈ ਤਫਰੀਦ ਦਾ ਮੌਕਾ ਫਰਾਮ ਕਰਦੇ ਹੈ ਲਿਹਾਜ਼ਾ ਮਹਿੰਗੇ ਤਹਿਰੀਨ ਪਹਿਲਵਾਨ ਔਰ ਇੰਟਰਨੈਸ਼ਨਲ ਲੈਵਲ ਦੇ ਪਹਿਲਵਾਨ ਜਿਹੜੇ ਤਕਰੀਬਨ ਗੈਰ ਮੁਮਾਲਕ ਦੇ ਵਿੱਚ ਮੁਕਾਬਲੇ ਵਨ ਕੇ ਲੜੰਦ ਮੈਂ ਉਹ ਪਹਿਲਵਾਨ ਸੜੇਨਾ ਮੈਂ ਆਮ ਪਹਿਲਵਾਨ ਕੋ ਇਨਵਾਈਟ ਵੀ ਨਹੀਂ ਕਰਦਾ ਜਿਹੜਾ ਪਹਿਲਵਾਨ ਥੱਕਾ ਲੂਗਾ ਵਦਿਆ ਪਹਿਲਵਾਨੀ ਕੋਲੋਂ ਪਿੱਛਾ ਥਿਆ ਵਦੈ ਅਸਾਂ ਉਹ ਕੋ ਖੈਰਬਾਦ ਆਦੇ ਆਵਨ ਸਾਡੇ ਕੋਲੋਂ ਆਵਨ ਸਾਡਾ ਫੰਕਸ਼ਨ ਦੇਖਣ ਕੁਸ਼ਤੀ ਦੀ ਦਾਵਤ ਮੈ ਉਹ ਕੋ ਨਹੀਂ ਦੇਂਦਾ ਜਰੇ ਇੰਟਰਨੈਸ਼ਨਲ ਲੈਵਲ ਦੇ ਪਹਿਲਵਾਨ ਹਨ ਜਾਂ ਮਾਸ਼ਾਅੱਲਾ ਆਪਣੀ ਸਿਹਤ ਕੋ ਤਰੋ ਤਾਜ਼ਾ ਰੱਖਦਨ ਔਰ ਸਾਡੇ ਲੋਗਿਆਂ ਦੇ ਦਿਲ ਮਹਿਜ਼ੂਜ਼ ਕਰਨ ਮੈਂ ਉਹਨੇ ਪਹਿਲਵਾਨ ਕੋ ਦਾਵਤ ਦੇਣਾ ਔਰ ਮੇਰੇ ਬਾਬਾ ਦਾਦਾ ਸਾਈ ਵੀ ਬਹੁਤ ਕਾਂਟੇਦਾਰ ਕੁਸ਼ਤਾ ਔਰ ਸਾਰੇ ਲੋਗ ਇਸ ਇ ਇਤਮਾਦ ਉਤੇ ਤਕਰੀਬਨ ਮੈਂ ਨਹੀਂ ਮੈਂ ਕਿਹ ਪੂਰਾ ਪਾਕਿਸਤਾਨ ਕੋਈ ਨਹੀਂ ਸੋਚ ਸਕਦਾ ਜੋ ਕੋਈ ਅੱਜ ਤੋਂ ਨਹੀਂ ਬੱਚਾ ਮੇਰੇ ਕੋਈ ਮੇਰੇ ਰਾਸ਼ ਦਾ ਅੰਦਾਜ਼ਾ ਲਾ ਸਕਦਾ ਹੋਵੇ ਜੋ ਭਈ ਕਿਤਨੀ ਗੈਦਰਗ ਹੁੰਦੀ ਹੈ ਕਿਹਾ ਹੁੰਦੇ ਉਹ ਸਾਡੇ ਇਤਮਾਦ ਦੇ ਉੱਤੇ ਸਾਰਾ ਕੁਝ ਅਸੀਂ ਉਹਨਾਂ ਲੋਕਾਂ ਨੂੰ ਵੈਲਕਮ ਹੱਥ ਹੈ ਬੜੀ ਮਿਹਰਬਾਨੀ ਠੀਕ ਹੈ ਮਿਹਰਬਾਨੀ ਬੜਾ ਪਿਆਰਾ ਜਵਾਬ ਦਿੱਤੇ ਹੋਏ ਅੱਜ ਉਹ ਬਾਦ ਇਹਦੇ ਤੋਂ ਕਿ ਜਿਹੜਾ ਮੇਲਾ ਰੱਖਵੰਦੇ ਵੇ ਤੇ ਇਹ ਕਿਹੜੇ ਲੈਵਲ ਤੋਂ ਹੁੰਦੇ ਮਾਸ਼ਾਅੱਲਾ ਇਹ ਮੇਲਾ ਸਾਡਾ ਪਾਕਿਸਤਾਨ ਲੈਵਲ ਦਾ ਮੇਲਾ ਹੁੰਦੇ ਤੇ ਇਹਦੇ ਵਿੱਚ ਪੂਰੇ ਪਾਕਿਸਤਾਨ ਤੋਂ ਦੂਰ ਦਰਾਜ ਤੋਂ ਮਹਿਮਾਨ ਆਨਨ ਰਾਤੀ ਜਿੰਨਾ ਲੋਕ ਸਾਰੇ ਕੋਲ ਰਾਂਧਨ ਬੜੇ ਸ਼ੌਕ ਜਜ਼ਬੇ ਨਾਲ ਅਸਾਂ ਉਹਨਾਂ ਦੀ ਮਹਿਮਾਨ ਨਵਾਜ਼ੀ ਵੀ ਕਰਦੇ ਆ ਜਿੰਨਾ ਫਰਦੇ ਆ ਅੱਲਾ ਤੇਰੀ ਤੇ ਰਜ਼ਕੀ ਚੋ ਤੇ ਉਹਦੇ ਬਾਅਦ ਦੇ ਵਿੱਚ ਇਹ ਨਾ ਇਹ ਨਾ ਤਹਿਸੀਲ ਤੇ ਬਾਉਂਡੇ ਨਾ ਜ਼ਿਲ੍ਹੇ ਤੇ ਬਾਉਂਡੇ ਨਾ ਇਹ ਪੰਜਾਬ ਤੇ ਬਾਉਂਡੇ ਇਹ ਚਾਰ ਸੂਬਿਆਂ ਦੇ ਵਿੱਚੋਂ ਮਖਲੂਕਾਂ ਦੀ ਏ ਲਿਆਦਾ ਸਾਰੇ ਇਲਾਕੇ ਦੇ ਗਏ ਹੋਏ ਲੋਕ ਗੈਰ ਮੁਮਾਲਕ ਦੇ ਵਿੱਚ ਸਾਊਦੀਆ ਦੁਬਈ ਵਗੈਰਾ ਮਜ਼ਦੂਰ ਤਬਕਾ ਲੋਕ ਜਾਂ ਅ ਵਿਜ਼ਿਟ ਵੀਜ਼ੇ ਦੇ ਉਤੇ ਗਏ ਲੋਕ ਵੀ ਇੰਤਜ਼ਾਰ ਕਰ ਰਹੇ ਨੇ ਭਾਈ ਛੁੱਟੀ ਵੀ ਕਰਕੇ ਵੇਸੂ ਤੇ ਮੇਲੇ ਦੇ ਦਿਹਾਮਜ ਵੇਸੂ ਮੇਲੇ ਕੋਲ ਲੁਤਫੰਦੋਸ ਤੁਸੀਂ ਸਹੀ ਹੈ ਮਿਹਰਬਾਨੀ ਸائیں ਅੱਛਾ ਇਹ ਦੱਸੋ ਕਿ ਐਵਾਰਡ ਹਫਤਾ ਜਿਹੜੇ ਪਹਿਲਵਾਨ ਨੇ ਤੁਹਾਡੇ ਕੋਲ ਉਹ ਕਿਦੋ ਗਿਡਵਾਨ ਬਹੁਤ ਉਚਲੇ ਵਾਲੇ ਪਹਿਲਵਾਨ ਨੇ ਕਿਹੜੇ ਕਿਹੜੇ ਜਹਾਦ ਨੇ ਇਹ ਦੱਸੋ ਸਤ ਬਿਸਮਿਲ੍ਲਾ ਭਾਈ ਯਕੂਬ ਨੇ ਬਹੁਤ ਅੱਛਾ ਸਵਾਲ ਕੀਤਾ ਮੈਨੂੰ ਮੈਨੂੰ ਦਿੱਲੀ ਖੁਸ਼ੀ થઈਏ ਉਹ ਪੂਰੇ ਪਾਕਿਸਤਾਨ ਦੇ ਵਿੱਚ ਮੈਨੂੰ मैको गाऊं जे अपने गांव जे मेले जे उते बड़ा पाउड माशा अलाह जो इनाम पहलवान बट रुसो में एशिया जहिड़ा उनवी मुल्क जे विच मैडल जितक जॾहिं उहो में पाकिस्तान बणे और रुसू में ਏਸ਼ੀਆ ਦਾ 골ਡ ਗਿੱਦੇ ਉਹ ਸਭ ਕੋਲੋਂ ਪਹਿਲੇ ਇਹ ਇਹ ਨੂੰ ਅਵਾਰਡ ਘਨ ਕੇ ਸਭ ਕੋਲੋਂ ਪਹਿਲੇ ਮਾਇਨਾ ਚੀਜ਼ ਦੇ ਮੇਲੇ ਦੇ ਉੱਤੇ ਹਾਜ਼ਰ تھے ਔਰ ਸਭ ਕੋਲੋਂ ਪਹਿਲੀ ਕੁਸ਼ਤੀ ਇਹ ਅਵਾਰਡ ਘਿਨਣ ਦੇ ਬਾਅਦ ਉਹ ਪਹਿਲੀ ਪਹਿਲੀ ਕੁਸ਼ਤੀ ਮੇਰੀ ਲੜੇ ਬਾਅਦ ਦੇ ਵਿੱਚ ਗੱਲ ਬਣ ਵੀ ਨੇ ਮੇਲੇ ਮਾਲਕਾਨ ਨੇ ਕੋਈ ਇਨਵਾਈਟ ਕੀਤੇ ਮਾਸ਼ਾਅੱਲਾ ਮਾਸ਼ਾਅੱਲਾ ਅੱਛਾ ਇਹ ਦੱਸੋ ਕਿ ਤੁਹਾਡਾ ਜਿਹੜਾ ਬਹੁਤ ਮਸ਼ਹੂਰ ਬਹੁਤ ਸਾਰਾ ਮੇਲਾ ਹੁੰਦੇ ਅਤੇ ਬਹੁਤ ਉੱਚੀ ਲੈਵਲ 'ਤੇ ਮੇਲਾ ਹੁੰਦਾ ਹੈ ਲੇਕਿਨ ਉਹਦੇ ਵਿੱਚ ਪਬਲਿਕ ਬਹੁਤ ਸ਼ਿਰਕਤ ਕਰਨ ਦੀ ਹੈ ਭਲਵਾਨ ਹੀ ਦੂਰ ਦੂਰ ਚੋਂ ਆਉਂਦੇ ਹਨ ਠੀਕ ਹੈ ਨਾ ਅਤੇ ਉਹਨਾਂ ਦੇ ਅਖਰਾਜਾਤ ਕਿਤਨਾ ਆਉਂਦੇ ਹਨ ਠੀਕ ਹੈ ਨਾ ਹਰ ਸਾਲ ਉਹਨਾਂ ਦੇ ਅਖਰਾਜਾਤ ਕਿਤਨਾ ਆਉਂਦੇ ਹਨ ਅਤੇ ਉਹ ਕੌਣ ਬਰਦਾਸ਼ਤ ਕਰਨ ਦੇ ਦੱਸੋ ਸਤਿ ਬਿਸਮਿਲ ਅੱਛਾ ਸਵਾਲ ਹੈ ਇਸ ਤਕਰੀਬਨ ਇਲਾਕੇ ਦੇ ਜਿਹੜੇ ਚੰਦ ਮੋਜ਼ੀਨ ਖਾਸ ਕਰ ਮੇਰੀ ਬਰਾਦਰੀ ਮੇਰਾ ਮੇਰਾ ਵਸੇਬ ਉਹਦੇ ਕੋਲ ਹਟ ਕੇ ਜਿਹਦੇ ਨਾਲ ਸਾਡਾ ਸਿਆਸੀ ਗੱਠਜੋੜ ਹੈ ਉਹ ਦੋਸਤ ਵੀ ਸਾਡੇ ਨਾਲ ਬਰਦਾਸ਼ਤ ਕਰਵਾ ਗਏ ਹਨ असा आप बिरादरी रिश्तेदार दोस्त भी मिल बह के सारा कुछ काम को बड़ी तरतीब देने हैं। और सालाना आए हुए लोगों की तब अच्छे तरीके ना अच्छा जी यह दू कि वा पलवान है ठीक है ना उन्हें कितना इनाम दे दोटे लेवल पलवान है उन्हें कितना इनाम दे देंवाल अस ओपन नहीं कर सकते उन्होंने ਬਹੁਤ ਜ਼ਿਆਦਾ ਮਿਹਨਤ ਹਰ ਪਹਿਲਵਾਨ ਦਾ तकरीबन ਗਲਬਨ ਵਿਚਾਰੇ ਦਾ ਪਹਿਲਵਾਨ ਲੋਕ ਜਿੰਨੇ ਹੀ ਨੇ ਵਿਚਾਰੇ ਛੋਤੇ ਗਰੀਬ ਲੋਕ ਹੁੰਨ ਔਰ ਗਰੀਬ ਤਾਂ ਬੈਲ ਪਹਿਲਵਾਨੀ ਕਰਦੇ ਉਹ ਕੁਸੀ ਹਥੈਲ ਦਾ ਬੜਾ ਸ਼ੌਕ ਹੁੰਦੇ ਔਰ ਮਾਸ਼ਾਅੱਲਾ ਅੱਜ ਦੇ ਦੌਰ ਦੇ ਵਿੱਚ ਵੱਲ ਅਗਾਹ ਨਾ ਕੋ ਪਾਕਿਸਤਾਨ واپਡਾ ਪਾਕਿਸਤਾਨ ਰੇਲਵੇ ਪਾਕਿਸਤਾਨ ਪੰਜਾਬ ਪੁਲਿਸ ਔਰ ਪਾਕਿਸਤਾਨ ਆਰਮੀ ਇਹ ਸਪੋਰਟ ਕੀਤੀ ਪੈਨ ਪ੍ਰਮੋਟ ਕੀਤੀ ਪੈਨ ਮਾਸ਼ਾਅੱਲਾ ਸਾਡੇ ਅਕਸਰ 90 ਫੀਸਦੀ ਪਹਿਲਵਾਨ ਇਨੇ 4-5 ਸ਼ੋਭੇ ਦੇ ਵਿੱਚ ਵਰਤੀ ଥିਗਨ ਰੈਸਲਿੰਗ ਦੇ ਵਿੱਚ ਖਿਡਾਰੀ ਜਿਹੜੇ 11 ਮਹੀਨੇ ਆਪਣੇ ਉਹ ਇਹਨਾਂ ਨੂੰ ਤਨਖਾਹ ਵੀ ਪੇ ਕਰ ਰਹੇ ਨੇ تے اے ایک مہینہ اوتواں کے نیشنل دے مقابلہ تھیندن کیمپ لگن اے لوگ اوتواں کے مقابلے لڑدن 11 مہینے دی تنخواہ انہاں حکومت پے کرندی ہے ماشاءاللہ اور اساں ای کام دے وچ بہت زیادہ محنت کیتی پئے ہیں جو زیادہ کلوز زیادہ اساں اے جڑے پہلوان نال وابستہ لوگن انہاں کو بھرتی کرا ونجو انہاں دا روزگار وی اگلی زندگی دا فٹ تھی ونجے تے باقی ریا مسئلہ انہاں جا فیساں नहीं असू दस सद पिछले साल माशा मैं चार लख रुपया इनाम बट रोस्त में एशिया कुरी और छोटे को छोटा पंजी तीह हजार को पहलवान शुरू थीए सत्तर थी, हज़ार अस्सी हज़ार लख डेढ़ लख ढाई लख एक लख तक लमसम वो कुछ रियत भी कर दन, सारे खुले मेले होंगे एक कोई रोजी रोटी आला कम ये कहना सकाफती तफरी है असाई को काबू की सारे नाल शफकत करेंदन बहरहालू जल्द उन्होंने खर्च अखराजात कुएँ असा जितना भी दें दें बेचारे की थोड़े ਮਿਹਰਬਾਨੀ ਸੇ ਅੱਛਾ ਇਹ ਦੱਸੋ ਇਹ ਜਿਹੜਾ ਪਹਿਲਵਾਨੀ ਦੇ ਬੜੀ ਮਿਹਨਤ ਥੀਂਦੀ ਹੈ ਠੀਕ ਹੈ ਨਾ ਦੂਰ ਦੂਰ ਜੋ ਪਹਿਲਵਾਨ ਆਣਨ ਤੇ ਉਹਦੇ ਬਾਅਦ ਇਹਨਾਂ ਦੀ ਖੁਰਾਕ ਕੀ ਹੁੰਦੀ ਹੈ ਇਹ ਦੱਸੋ ਇਹਨਾਂ ਦੀ ਖੁਰਾਕ ਮਾਸ਼ਾਅੱਲਾ ਸਭ ਤੋਂ ਪਹਿਲੇ ਦੇਸੀ ghee ਦੇ ਵਿੱਚ ਪੱਕਾ ਹੋਇਆ ਭਾਵੇਂ ਜੋ ਦਾਲ ਲੰਗਰ ਫਰਦੇ ਵੇ ghee ਉਹ ਦੇਸੀ ਹੋਣਾ ਚਾਹੀਦਾ ਹੈ ਰੂ ਟਾਈਮ ਬਿਦਾਮ ਦੁੱਧ ਖਾਸ ਕਰ ਵਡੇ ਗੋਸ਼ ਕੋਲ ਬਹੁਤ ਪ੍ਰੈਸ ਕਰਨਨ ਪਹਿਲਵਾਨ ਬੱਕਰਾ ਯਾ ਦੇਸੀ ਮੁਰਗਾ 1.5 ਕਿਲੋ ਤੋਂ ਉੱਤੇ ਵਾਲਾ ਦੇਸੀ ਮੁਰਗਾ ਯਾ ਬੱਕਰੇ ਦਾ ਗੋਸ਼ਟ ਮਸਾਲ ਦੇ ਵਿੱਚ ਇੱਕ ਜਾਂ ਦੂਰ ਆਤੀ ਸ਼ੋਦੇ ਸਾਡੇ ਕੋਲ ਆਂਦਨ ਜਿੰਨਾ ਅਸੀਂ ਬੜ ਚੜ ਕੇ ਥੀ ਸੰਗਦੀ ਉਹਨਾਂ ਦੀ ਤਵਕਕ ਉਤਰਨ ਦੀ ਕੋਸ਼ਿਸ਼ ਕਰ ਰਹੇ ਨੇ ਆ ਲਿਆਜ਼ ਸਾਡੇ ਉੱਤੇ ਉਪਰ ਉਮੀਦ ਥੀ ਕਿ ਆਨਨ ਔਰ ਖੁਸ਼ ਥੀ ਕਿ ਵਾਪਸ ਮੈਨੂੰ ਸਹੀ ਹੈ ਅਜਾ ਇਹ ਦੇ ਸੋ ਕਿ ਤੁਹਾਡਾ ਸਲਾਣਾ ਮੇਲਾ ਉਹ ਬਹੁਤ ਵੱਡਾ ਮੇਲਾ ਹੁੰਦੇ ਤੇ ਉਹਦੇ ਵਿੱਚ ਇੰਤਜ਼ਾਮੀਆ ਕਮੇਟੀ ਦੇ ਕਿੰਨੇ ਲੋਕ ਹੋਣ ਚੋਕੇ ਲੋਕ ਹੋਣ ਜਿਹੜੇ ਆਪਣੇ ਇੰਤਜ਼ਾਮ ਸੰਭਲਣਨ ਮਾਸ਼ਾਅੱਲਾ ਅੱਛਾ ਸਵਾਲ ਹੈ ਸਾਰੇ ਰਿਸ਼ਤੇਦਾਰ ਦੋਸਤ ਬਰਾਦਰੀ ਵਸੇਬ ਦੇ ਸਾਰੀ ਮਾਸ਼ਾਅੱਲਾ 150 ਬੰਦੇ ਦੀ ਟੀਮ ਹੈ ਜਿਹੜੀ ਕੰਮ ਨੂੰ ਕਵਰਡ ਕਰਨ ਦੀ ਹੈ ਲੇ ਆਜਾ ਮੈ ਕੋ ਹਰ ਸਾਲ ਮਤਲਕਾ ਡੀਐਸਪੀ ਸਾਹਿਬ ਐਸਐਚਓ ਸਾਹਿਬ ਸਾਰੀ ਪਰਮਿਸ਼ਨ ਹੁੰਦੀ ਹੈ ਹਸਪੀ ਜ਼ਾਬਤਾ ਪੁੱਛਦਨ ਭਈ ਤੁਹਾਨੂੰ ਕਿੰਨੀ ਨਫਰੀ ਤੁਹਕ ਚਾਹੀਦੀ ਹੈ ਜੇਰੀ ਉੱਥੇ ਤੁਹਕ ਆ ਕੇ ਸਪੋਰਟ ਕਰੇ ਅਸਾਂ ਅਸਾਂ ਉਥੋਂ ਮੇ ਉਡੋ ਇਲਾਕੇ ਦੇ ਜਾਂ ਦੂਰ ਦਰਾਜ ਤੋਂ ਆਏ ਉਹ ਮਹਿਮਾਨਾਂ ਕੋ ਸਦੋਂ ਤੇ ਵਲਾ ਉਹਨਾਂ ਕੋ ਪੁਲਿਸ ਦਿਖਾਲੂ ਇਹ ਸਾਡੇ ਕਿਤੇ ਬਹੁਤ ਸਾਰੇ ਕਿਤੇ ਮਾਰ ਵੰਜਣ ਵਾਲੀ ਗੱਲ ਹੈ ਅਸਾਂ ਆਪਣੇ ਇੰਤਜ਼ਾਮੀਆਂ ਕਮੇਟੀ ਦੇ ਆਪਣੇ ਬੰਦੇ ਤਿਆਰ ਕਰਨੇ ਆਂ ਔਰ ਹਰ ਆਏ ਹੋਏ ਮਹਿਮਾਨ ਕੋ ਵੈਲਕਮ ਕਰਨ ਗਰੀਬ ਹੈ ਚਾਹੇ ਅਮੀਰ ਹੈ ਚਾਹੇ ਸਰਦਾਰ ਹੈ ਚਾਹੇ ਉਹ ਦਿਹਾੜੀਦਾਰ ਹੈ ਜਿਹੜੇ ਸਾਡੇ ਬੂਹੇ ਤੇ ਆ ਬੰਦਨ ਸਾਨੂੰ ਨਗੂ ਸਤ ਬਿਸਮਿਲ੍ਲਾ ਵੈਲਕਮ ਆ ਦੇ ਔਰ ਹਰ ਬੰਦੇ ਕੋ ਉਹਦੇ ਮਿਆਰ ਮੁਤਾਬਕ ਜਗ੍ਹਾ ਮਿਲਦੀ ਹੈ ਪੂਰ ਅਮਨ ਹੁੰਦੇ ਇਹਦੇ ਵਿੱਚ ਮਾਸ਼ਾਅੱਲਾ ਮੇਰੀ ਉਹ ਜਿਤਨੀ ਇੰਤਜ਼ਾਮੀਆ ਕਮੇਟੀ ਹੁੰਦੀ ਸਿਰਫ ਵੈਲਕਮ ਕੀਤੇ ਖੜਦੀ ਹੈ ਜਾਂ ਉਹਨਾਂ ਕੋ ਬਿਲਾਵਣ ਉਠਾਵਣ ਅੱਛੀ ਕੋਲੋ ਅੱਛੀ ਆਏ ਬੇ ਲੋਕ ਇਹਦੀ ਅਸਾਂ ਇੱਜ਼ਤ ਕਰ ਬਣੀ ਉਹਨਾਂ ਦੀ ਤਵਕਕੋ ਤੇ ਉਤਰ ਬਣੀ ਸਹੀ ਹੈ ਮਾਸ਼ਾਅੱਲਾ ਅਜਾ ਇਹ ਦੇ ਦੋ ਬਹੁਤ ਵੱਡਾ ਮੇਲਾ ਹੁੰਦੇ ਆਪਣਾ ਉਹਦੇ ਬਾਅਦ ਪਬਲਿਕ ਬਹੁਤ ਹੁੰਦੀ ਹੈ ਤੇ ਕਿਵੇਂ ਇੰਤਜ਼ਾਮ ਕਰਦੇ ਤੁਹਾਡਾ ਆਪਣਾ ਯਾਨੀ ਰਕਬਾ ਹੁੰਦੇ ਜਾਂ ਤੁਹਾਡੇ ਕੋਈ ਦੋਸਤ ਹੈ ਆਪਣਾ ਕੋਈ ਦੋਸਤ ਹੁੰਦੇ ਉਤਾਂ ਮੈਂ ਕਿ ਇੰਤਜ਼ਾਮ ਕਰਦੇ ਤਾਂ ਉਹ ਮੌਸਮ ਦੀ ਮੁਤਾਬਕਤ ਨਾਲ ਤਕਰੀਬਨ 90% ਆਪਣੇ ਰਕਬੇ ਦੇ ਵਿੱਚ ਮੇਲਾ ਕਰਵੈਨਾ ਜਾਂ ਚਾਚੇ ਮਾਮੇ ਸੋਤਰ ਭਰਾ ਜਿੰਦਾ ਰਕਬਾ ਵਾਫਰthia ਪਿਆ ਹੋਵੇ ਗੰਨੇ ਦੀ ਕਟਾਈ ਦੇ ਮੌਸਮ ਤਕਰੀਬਨ ਇਹ ਸਾਡਾ ਮੇਲਾ ਹੁੰਦੇ ਜਾਂ ਧਾਨ ਮੁੰਜੀ ਦੀ ਕਟਾਈ ਦੇ ਬਾਅਦ ਹੁੰਦੇ ਤੇ ਉਹਦੇ ਗੀਦਾ ਜਿੱਥੋਂ ਬਰ ਲਬੇ ਬਿਹਤਰੀਨ ਅੱਛਾ ਜੀਆਂ ਮੌਕਾ ਮੌਕੇ ਬਣਦੇ ਪਾਉਂਨ ਅੱਛਾ ਜੀ ਆ ਮਤਲਬ ਐਸਾ ਕੋ ਸੂਟ ਕਰਨ ਦਾ ਪਿਆ ਹੋਵੇ ਉਹਦੇ ਵਿੱਚ ਕਰਾ ਗਿੰਦਾ 90% ਆਪਣਾ ਜਾਂ ਨਾਲ ਅਜ਼ੀਜ਼ ਰਿਸ਼ਤੇਦਾਰਾਂ ਦਾ ਮੁਲਕ ਸਹੀ ਹੈ ਤੇ ਉਹਦੇ ਬਾਅਦ ਇਹ ਦੱਸੋ ਜਿਹੜਾ ਤੁਹਾ ਮੇਲਾ ਰਖਵੰਦੇ ਵੇ ਤੇ ਇਹ ਮੇਲਾ ਤੁਸੀਂ ਖੁੱਲਾ ਮੇਲਾ ਰਖਵੰਦੇ ਵੇ ਠੀਕ ਹੈ ਨਾ ਤੇ ਇਹਦੇ ਵਿੱਚ ਤੁਹਾ ਟਿਕਟ ਲਾ ਸਕਦੇ ਵੇ ਠੀਕ ਹੈ ਨਾ ਉਹਦੇ ਤੋਂ ਢੇਰ ਸਾਰਾ ਫਾਇਦਾ ਥੀ ਸੀ ਤੇ ਤੁਹਾ ਟਿਕਟ ਕਿਉਂ ਰਖਵੰਦੇ ਇਹਦੀ ਕੀ ਵਜ੍ਹਾ ਤੋ ਖੁੱਲਾ ਮੇਲਾ ਕਰਵੰਦੇ ਵੇ ਬਹੁਤ ਅੱਛਾ ਸਵਾਲ ਹੈ ਸਹੀ ਤਕਰੀਬਨ ਬਾਹਰ ਦੇ ਸਾਰੇ ਮਤਲਬ ਸ਼ਹਿਰਾਂ ਦੇ ਵਿੱਚ ਗੋਜਰਾਂ ਵਾਲਾ ਸਿਆਲਕੋਟ ਲਾਹੌਰ ਫੈਸਲਾਬਾਦ ਹੋ ਗਿਆ ਜਣਾਲਾ ਹੋ ਗਿਆ ਨਾਲ ਭਾਵਲਪੁਰ ਹੋ ਗਿਆ ਜਲਾਲਪੁਰ ਪੀਰਲਾ ਸ਼ੂਜਾਬਾਦ ਮੈਲਸੀ ਵਿਹਾੜੀਪਾਗ ਪਤਨ ਆਰਫਲਾ ਸਹੀਵਾਲ ਲੁਕਾੜਾ ਵਗੈਰਾ ਇਹ ਸਾਰੇ ਵੀ ਪਾਕਿਸਤਾਨ ਦੇ ਵਿੱਚ ਇਹਨਾਂ ਮਤਲਬ ਇਹ ਜਰੇ ਅਪਰ ਪੰਜਾਬ ਦੇ ਸ਼ਹਿਰ ਮਡਿਸ਼ਨ ਜਾਂ ਬਖਰ ਹੋ ਗਿਆ ਤੇਰਾ ਸਮੈਲ ਖਾਂ ਹੋ ਗਿਆ ਇਹਨਾਂ ਦੇ ਵਿੱਚ ਦੰਗਲ ਥਿੰਦਮ ਕਿਥਾਈ ਕੋਈ ਇੱਕ ਮੇਲਾ ਖੁੱਲਾ ਮੈਨੂੰ ਸਾਬਤ ਕਰਕੇ ਕੋਈ ਨਹੀਂ ਦੇ ਸਕਦਾ ਇਹਨਾਂ ਸ਼ਹਿਰਾਂ ਦੇ ਵਿੱਚ ਕੋਈ ਇੱਕ تفریح پروگرام ਥਿੰਦਾ ਹੋਵੇ तकरीबन ਪਹਿਲਵਾਨ ਵੀ ਉੜੋ ਦੇ ਲੋਗ ਹਨ ਪਹਿਲਵਾਨ ਵੀ ਉਥਾਉ ਧਿਆਨ ਸਾਰੇ ਕੋਲ ਤੇ ਮੇਲੇ ਵੀ ਉਥੇ ਦੰਗ ਦੰਗਲ ਹੋਣਨ ਪਹਿਲਵਾਨ ਮਤਲਬ ਇਹ ਉਹ ਬਾਉਂਡ ਥੀ ਕਿ ਕੁਸ਼ਤਾਂ ਪੈਸੇ ਵੀ ਮੌਕੇ ਤੇ ਦੰਗਲ ਦੇ ਉੱਤੇ ਟਿਕਟ ਲਾ ਕੇ ਲੋਕਾਂ ਵਿਚਾਰੇ ਗਲੋ ਫੀਸਾਂ ਗਿੰਦਨ ਬਾਹਰ 500000 ਰੁਪਇਆ ਟਿਕਟ ਗਈ ਤੇ ਅੰਦਰ ਇਨ ਹਮਨਿਜ਼ਮ ਇਹ ਸਾਰੇ ਸਾਰੇ ਕੀਤੇ ਜਰੀ ਇੱਕ ਸਾਰੀ ਰਿਵਾਇਤ ਤੇ ਸਾਡੀ ਸੱਭਿਆਚਾਰ ਸਾਰੇ ਕੀਤੇ ਟਿਕਟ ਲਵਣ ਮਰ ਵਜਣੇ ਵਲ ਅਸਾਂ ਕੋਈ ਸਕਾਫਤ ਨਹੀਂ ਆਖ ਸਕਦੇ ਕੋਈ ਤਫਰੀ ਨਹੀਂ ਆਖ ਸਕਦੇ ਵਲ ਤਾਂ ਅਸਾਂ ਬਿਜ਼ਨਸਮੈਨ ਬਣ ਗਿਓ ਸੇ ਨਹੀਂ ਚੰਗ ਦੋਸਤਾਂ ਨੂੰ ਤਕਲੀਫ ਦੇ ਕੇ 4 ਟੱਕੇ ਉਹਨੇ ਦੇ ਉਤੇ ਰੱਖ ਦਿੱਤੇ ਮਿਲ ਬਹਿ ਕੇ ਸਾਰੀ ਸੈਟਿੰਗ ਕਰ ਗੀਦੀ ਲਿਆਜ਼ਾ ਹੁੰਦੀ ਆਵਾਮੀ ਤਫਰੀਹ ਜਿੱਤੋ ਦਾ ਬੰਦਾ ਅਸੀਂ ਅਸਾਂ ਨੂੰ ਖਾਣਾ ਵੀ ਤਕਰੀਬਨ ਪੇਸ਼ ਕਰੈ ਸੋਂ ਉਹ ਕੋ ਪ੍ਰੋਟੋਕੋਲ ਵੀ ਦੇ ਸੋਂ ਕੋਈ ਇੱਜ਼ਤ ਵੀ ਦੇ ਸੋਂ ਉਹ ਕੋ ਅੱਛੇ ਕੋਲੋਂ ਅੱਛੀ ਤਫਰੀਹ ਅਸਾਂ ਪੇਸ਼ ਕਰ ਰਹੇ ਆਂ ਐਸਾ ਅਸਾਂ ਟਿਕਟ ਤੋਂ ਨਹੀਂ ਵਈਂ ਇਹ ਕੰਮ ਕੋ ਖਤਮ ਤਾਂ ਕਰ ਸਕਦੇ ਆਂ ਅਸਾਂ ਟਿਕਟ ਵਾਲੇ ਪਾਸੇ ਨਹੀਂ ਵਈਂ ਸਕਦੇ ਮਾਸ਼ਾਅੱਲਾ ਮਾਸ਼ਾਅੱਲਾ अच्छा ये सवाल है थारे ਕੋਲ ਤੁਹਾਡੇ ਮੇਲੇ ਦੇ ਵਿੱਚ ਕੋਈ ਇੰਜਾ ਪਹਿਲਵਾਨ ਆਇਆ ਹੋਵੇ ਜਿਹੜਾ ਨੂਰਾ ਕੁਸ਼ਤੀ ਕਰੇਂਦਾ ਹੋਵੇ ਜਾਂ ਕੁਸ਼ਤੀ ਫਿਕਸ ਕਰਕੇ ਆਂਦਾ ਹੋਵੇ ਜਾਂ ਕੁਸ਼ਤੀ ਕੋ ਬਰਾਬਰ ਕਰਕੇ ਲਗਾ ਵੇਂਦਾ ਹੋਵੇ ਕੀ ਮੇਲੇ ਦੇ ਵਿੱਚ ਇੰਜਾ ਕੋਈ ਪਹਿਲਵਾਨ ਆਇਆ ਤੁਹਾਡੇ ਮੇਲੇ ਦੇ ਵਿੱਚ ਤੇ ਉਹਦੇ ਬਾਰੇ ਥੋੜਾ ਜਿਹਾ ਸਾਨੂੰ ਦੱਸੇ ਸੋ ਅਮ ਬੜੀ ਖੁਸ਼ੀ ਦੀ ਗੱਲ ਹੈ ਬਹੁਤ ਅੱਛਾ ਸਵਾਲ ਕੀਤਾ ਸਾਰੇ ਬਾਲ ਮਾਸ਼ਾਅੱਲਾ ਸਾਰੇ ਮੇਲੇ ਮਾਲਕਾਂ ਨਹੀਂ ਸਾਡੇ ਮੁਹਤਰਮ ਹਨ ਮੇਰੇ ਕੋਲ ਸਾਰੇ ਬਿਹਤਰ ਹਨ ਤੇ ਉਹਦੇ ਬਾਅਦ ਦੇ ਵਿੱਚ ਇਹ ਵਹਿਦ ਮੇਲਾ ਹੈ ਜਿੱਥਾ ਮੈਂ ਸੰਭਲਦਾ ਵੀ ਕਹ ਨਹੀਂ ਕੋਈ ਅਜੇ ਤੱਕ ਮੇਰੇ ਮੇਲੇ ਤੇ ਕੁਸ਼ਤੀ ਨੂਰਾ ਥਈ ਹੋਵੇ ਜਾਂ ਕੋਈ ਕੁਸ਼ਤੀ ਬਰਾਬਰ ਬਰਾਬਰ ਹੋਈ ਥਈ ਹੋਵੇ ਬਾਵੇਂ ਸੂਬੋ ਤਾਂ ਲੜਨ ਪੋਵੇ ਤੇ ਸ਼ਾਮ ਥੀ ਵੇ ਮੈਂ ਅਸਾਂ ਕੁਸ਼ਤੀ ਢਾਢਵਾ ਕਰਵੰਦੇ ਆ ਜਿਹੜਾ ਸਾਡਾ ਬਿਆਨਾ ਗਨ ਕੇ ਸਾਰੇ ਸਾਰੇ ਮੇਲੇ ਤੇ ਇਨਵਾਈਟ ਜਿਹੜਾ ਸਾਰੀ ਦਾਵਤ ਕਬੂਲ ਕਰੇ ਸੀ ਉਹ ਕੁਸ਼ਤੀ ਅਸਾਂ ਢਾਢਵਾ ਕਰਵੈ ਸੂ ਪਹਿਲਵਾਨ ਤੇ ਜਿਹੜਾ ਸਾਂ ਡੂ ਲੜਿਆਂ ਦੇ ਪਾਉਂਦੇ ਆ ਉਹ ਬਰਾਬਰ ਦੇ ਹੁੰਨ ਉਹ ਕੋਈ ਥੱਕ ਵੰਜੇ ਯਾ ਇੱਕ ਇੱਕ ਦਮ ਤੁਰੜੇ ਸੀ ਤਬੀ ਆਵਦ ਸੀ ਉਹਦੇ ਕੋਲ ਅਸਾਂ ਢਾ ਢਵਾ ਕਰਵੇਂਦੇ ਆ ਕੁਸ਼ਤੀ ਅੱਜ ਤੋਂ ਨਹੀਂ ਕੋਈ ਬਰਾਬਰ ਯਾ ਨੂਰਾ ਕੋਈ ਮਾਸ਼ਾਅੱਲਾ ਪਾਕਿਸਤਾਨ ਦਾ ਕੋਈ ਠੇਕੇਦਾਰ ਯਾ ਸਰਾਫ ਯਾ ਮੇਲੇ ਮਾਲਕਾਨ ਮਾਸ਼ਾਅੱਲਾ ਕੋਈ ਸਾਬਤ ਸਾਰੇ ਉਤੇ ਨਹੀਂ ਕਰ ਸੰਗਿਆ ਇਹੀ ਸਾਡੇ ਇਤਮਾਦ ਦੇ ਉਤੇ 2.5 ਲੱਖ ਗਾਲਬਨ ਆਵਾਮ ਇਤਮਾਦ ਕਰਕੇ ਆਂਦੀ ਹੈ ਤੇ ਲੁਤਫੰਦੋਜ਼ ਹੋ ਕੇ ਵੇਂਦੀ ਹੈ ਠੀਕ ਹੈ ਬਿਹਤਰੀਨ ਜਵਾਬ ਦਿੱਤੇ ਵੇ ਖੁਸ਼ੀ ਤੇ ਇਹ ਬੜੀ ਕਿਉਂਕਿ ਸਵਾਲ ਅਸਾਂ ਇੰਜ ਕੋਈ ਗਹਿਰਾਈ ਵਾਲਾ ਕਹਿ ਨਹੀਂ ਪੁੱਛਿਆ ਕਿ ਤੁਸੀਂ ਸਰਦਾਰ ਸਾਹਿਬ ਨੂੰ ਗਹਿਰਾਈ ਤੱਕ ਪਹੁੰਚਣ ਸਾਰੇ ਸਵਾਲ ਕੋ ਸਮਝੇ ਨੇ ਤੇ ਅਸਾਂ ਤੁਹਾਡੇ ਐਕਸਪੀਰੀਅੰਸ ਕੋ ਵੀ ਸਲਾਮ ਕਰਦੇ ਆਂ ਤੇ ਉਹਦੇ ਬਾਅਦ ਤੁਸੀਂ ਇਹ ਦੱਸਿਓ ਤੁਹਾਡੇ ਮੇਲੇ ਦੇ ਵਿੱਚ ਕਾਫੀ ਜ਼ਿਆਦਾ ਪਹਿਲਵਾਨ ਆਣਨ ਕੋਈ ਉੱਚਾ ਪਹਿਲਵਾਨ ਹੋਸੀ ਜਿਹੜਾ ਯਾਨੀ ਕਿ ਤੁਹਾਡਾ ਹਰ ਇੱਕ ਮੇਲਾ ਅਟੈਂਡ ਕਰਦਾ ਹੋਵੇ ਕੋਈ ਮੇਲਾ ਕਜ਼ਾ ਨਾ ਕੀਤਾ ਹੋਵੇ ਉਹਦੇ ਬਾਰੇ ਥੋੜਾ ਜਿਹਾ ਦੱਸਿਓ ਹਾਂ ਤਾਬੇਦਾਰ ਬੜੀ ਖੁਸ਼ੀ થઈਏ ਅ ਮਾਸ਼ਾਅੱਲਾ ਜੇ ਪੌੜੀ ਦੇ ਵਿੱਚ ਲੜਨ ਪਏ ਪਹਿਲਵਾਨ ਨੂੰ ਤਰੱਕੀ ਮਿਲੀ ਹੈ ਤਕੜਾ ਥੇ ਉਹ ਅਦਨਾਨ ਟੈਰਿਆਂ ਵਾਲਾ ਸੰਡੂ 2011 ਦੇ ਵਿੱਚ ਸਭ ਕੁਲ ਮੇਰਾ ਪਹਿਲਾ ਪਹਿਲਾ ਮੇਲਾ ਪੂਰੇ ਹੀ ਜਨੂਬੀ ਪੰਜਾਬ ਦੇ ਵਿੱਚ ਪਹਿਲਾ ਮੇਲਾ ਮੇਰਾ ਕਿ ਲੜੇ ਮੈਂ ਉਹਨੂੰ ਗੋਜਨਾਲੇ ਦਾਵਤ ਦੇ ਆਇਆ ਔਰ ਇੰ ਟਾਈਮ ਪਾਕਿਸਤਾਨ ਲੈਵਲ ਦੇ ਉਤੇ ਜਿੱਥਾਂ ਵੀ ਇਸ਼ਤਿਹਾਰ ਨਿਕਲਦੇ ਫਾਂਵੇਂ ਪਹਿਲਵਾਨੀ ਦਾ ਕੁਸ਼ਤੀ ਦਾ ਮੇਲੇ ਦਾ ਖੁੱਲੇ ਮੇਲੇ ਦਾ ਜਾਂ ਦੰਗਲ ਦਾ ਵਹਿਤ ਪਹਿਲਵਾਨ ਪੰਜਾਬ ਦਾ ਉਹ ਬੰਦਾ ਹੈ ਜਿਹੜਾ ਕਹੀਂ ਇਸ਼ਤਿਆਰ ਤੋਂ ਬਹਿਰ ਕਹ ਨਹੀਂ ਹੁੰਦਾ ਉਹਦੀ ਕੁਸ਼ਤੀ ਜ਼ਰੂਰ ਹੁੰਦੀ ਹੈ ਔਰ ਅੱਜ ਤਈ 2011 ਕੋਲੋ ਅੱਜ ਤੱਕ ਉਹ ਮੇਰੇ ਮੇਲਾ ਤਕਰੀਬਨ ਕੋਈ ਇੱਕ ਮੇਲਾ ਮੇਰੇ ਗੋਨੀਆਂ ਦਾ ਜਿਹੜਾ ਉਹ ਮੇਲਾ ਲੜਿਆ ਹੋਵੇ ਨਾ ਲੜਿਆ ਹੋਵੇ ਜਾਂ ਬਹਾਨਾ ਕਰ ਗਿਆ ਹੋਵੇ ਜਾਂ ਕੋਈ ਮੇਲਾ ਉਹਨੇ ਮਿਸ ਕੀਤਾ ਹੋਵੇ ਮਾਸ਼ਾਅੱਲਾ ਮੇਰਾ ਬਹੁਤ ਅੱਛਾ ਔਰ ਫੇਵਰਿਟ ਪਹਿਲਵਾਨ ਹੈ और मैं गाय ब गाय सारे पहलवान लड़ते रहें जिम्मे साढ़े जिले मुजफ्फरगढ़ की तन पचार बरादरान अला के रामत फरमावे कलीम पहलवान पचार को बड़ा दुख थी दे जल्द ऊँ याद साढ़े अगू आजन और भी मराई में माशाला एक फाइन भी आ मैं उन्दा फाइन याम तो मेरा कोई मेला उंशों जया ना कि जितने तक वह पहलवान ही करेंदा रह गए अल्लाह गरी के राममत फरमा अल्लाह दर्जात बुलंद फरमावे अल्लाह की कबर तर हज़ारा रामत फरमावे ਉਹ ਤਾਂ ਸ਼ੋਦਾ ਚੱਲ ਗਈ ਦੁਨੀਆ ਤੋਂ ਮਾਸ਼ਾਅੱਲਾ ਅਦਨਾਨ ਟੈਰਾ ਵਾਲਾ ਇੰ ਟਾਈਮ ਮੇਰਾ ਕੋਈ ਮੇਲਾ ਹੂੰ ਬੰਦੇ ਜ਼ਾਇ ਨਹੀਂ ਕੀਤਾ ਮਾਸ਼ਾਅੱਲਾ ਸ਼ਹਿਜ਼ਾਦ ਪਚਾਰ ਬੁ ਕੋ ਅੱਲਾ ਸਿਹਤ ਕਲੀ عطا ਫਰਮਾਵੇ ਉਹਦਾ ਗੋੜੇ ਦਾ ਮਸਲਾ ਹੈ ਅੱਲਾ ਹੁਕਮ ਮਾਸ਼ਾਅੱਲਾ ਮੌਲਤ ਦੇਵੇ ਐਵੇਂ ਸ਼ਹਿਦ ਪਚਾਰ ਸਾਡੇ ਜ਼ਿਲ੍ਹੇ ਮੁਜ਼ਫਰਗੜ ਦੀ زینت ਤੇ ਬਹੁਤ ਅੱਛਾ ਪਹਿਲਵਾਨ ਹੈ ਸਾਡਾ ਸਾਡਾ ਜ਼ਿਲ੍ਹਾ ਨਾਜ਼ ਕਰੰਦੇ ਬਾਹਰ ਮਤਲਬ ਇਹ ਸ਼ਹਿਰਾਂ ਦੇ ਵਿੱਚ ਜਿੱਥੇ ਪਚਾਰ ਬਰਾਦਰਾਂ ਨਾਲ ਖੜਦਨ ਤੇ ਮੈਂ ਵੱਲ ਵੀ ਅਕਸਾਂ ਅੱਲਾ ਮੰਗ ਤਾਂ ਲਾ ਜਿੰਨੀ ਜਿੰਨੇ ਤੱਕ ਕੋਈ ਲੋਗ ਸੁਣੇ ਕਲੀਮ ਪਹਿਲਵਾਨ ਪ੍ਰਚਾਰ ਦੀ مغਫਰਤ ਦੀ ਦੁਆ ਔਰ ਉਹਦੇ ਦਰਜਾਤ ਬੁਲੰਦ ਹੋਣ ਦੀ ਦੁਆ ਕਰਸੋ ਇਹ ਭੈਣੋ ਸਾਰੇ ਕੋਲੋਂ ਤਸ਼ਰੀਫ ਗੈਨਨ YouTube ਚੈਨਲ ਦਿਹਾਤੀ ਨਜ਼ਾਰੇ ਸਿਨਾਮੇ ਤੋਂ ਮਾਸ਼ਾਅੱਲਾ ਇਹਨਾਂ ਦਾ ਲਾਈਕ ਕਰਸੋ ਇਹਨਾਂ ਦਾ ਮਤਲਬ ਹੈ ਪੂਰਾ ਇੰਟਰਵਿਊ ਇਹਨਾਂ ਦਾ ਸੁਣਸੋ ਔਰ ਇਨਾਂ ਕੋਈ ਐਸੇ ਤਫਰੀਦ ਜਿੱਥੇ ਮੌਕੇ ਹੋਣ ਇਨਾਂ ਨੂੰ ਕੋਈ ਇਨਵਾਈਟ ਕਰਸੋ ਇਨਾਂ ਨੂੰ ਸਪੋਰਟ ਕਰਸੋ ਸਾਡੇ ਬਾਲਮ ਇਹ ਸਾਡਾ ਵੀ ਨਾਂ ਸੁਣ ਕੇ ਇਹਨਾਂ ਦੀ ਮਿਹਰਬਾਨੀ ਸਾਰੇ ਕੋਲੋਂ ਆ ਗੈਨ ਮਜ਼ੀਦ ਵੀ ਜਿੱਥਾਂ ਤਫਰੀਹ ਪ੍ਰੋਗਰਾਮ ਹੋਸਨ ਅਸਾਂ ਇਹਨਾਂ ਨੂੰ ਪ੍ਰੋਮੋਟ ਕਰੇ ਸੋ ਤੇ ਉਤੇ ਮੈਂ ਮੇਰੇ ਜਿਹੜੇ ਦੋਸਤ ਮੈਂ ਮੇਰੇ ਕੋਲੋਂ ਲੰਘ ਹਨ ਬੈਠੇ ਨੇ ਇਕੱਠੇ ਬੈ ਕੇ ਆਈ ਮਤਲਬ ਪ੍ਰੋਗਰਾਮ ਦੇ ਵਿੱਚ ਮੈਂ ਉਹਨਾਂ ਦਾ ਵੀ ਸ਼ੁਕਰੀਆ ਅਦਾ ਕਰਨਾ ਉਹਨਾਂ ਸਾਰੇ ਟਾਈਮ ਕੱਢੇ ਤੇ ਨਾਲ YouTube ਚੈਨਲ ਦਿਹਾਤੀ ਨਜ਼ਾਰੇ ਵਾਲਿਆਂ ਦਾ ਵੀ ਖਾਸ ਕਰ ਔਰ ਸਾਰੇ ਆਏ ਹੋਏ ਦੋਸਤਾਂ ਦਾ ਵੀ ਬਹੁਤ ਮਿਹਰਬਾਨੀ ਅੱਲਾ ਹਾਫਿਜ਼ ਬੜੀ ਮਿਹਰਬਾਨੀ ਤੇ ਸ਼ੁਕਰੀਆ ਜਿਤਨਾ ਪਬਲਿਕ ਹੀ ਬੜੀ ਹੱਥਾਂ ਦੇ ਤਾ ਦੇਣਾ ਸ਼ੁਕਰੀਆ ਅਦਾ ਕਰਨੇ ਕੀਮਤੀ ਵਕਤ ਤੁਹਾਡਾ ਦਿੱਤਾ ਨੇ ਤੇ ਤੁਹਾਡਾ ਸ਼ੁਕਰੀਆ ਅਦਾ ਕਰਨੇ ਇਹ ਜਿਹੜੀ ਬੜੀ ਪਰਸਨੈਲਿਟੀ ਸੀ ਕਿ ਸਾਡੇ ਛੋਟੇ ਯੂਟਿਊਬਰ ਨੂੰ ਟਾਈਮ ਦਿੱਤੇ ਬੜੀ ਮਿਹਰਬਾਨੀ ਤੇ ਸ਼ੁਕਰੀਆ ਤੇ ਇਸਾਈਂ ਵੀਡੀਓ ਐਂਡ ਕਰਨੇ ਅਗਰ ਸਾਡੀ ਵੀਡੀਓ ਚੰਗੀ ਲੱਗੀ ਹੋਵੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਇਨਸ਼ਾਅੱਲਾ ਹੋਰ ਨਵੀਂ ਵੀਡੀਓ ਮਿਲੂ ਫਿਲਹਾਲ ਕਿਤੇ ਜੀ ਆਇਆਂ ਨੂੰ ਅੱਲਾਹ ਹਾਫਿਜ਼